ਸਤਿ ਸ਼੍ਰੀ ਅਕਾਲ ਦੋਸਤੋ, ਟੌਪ 10 ਬੈਸਟ ਲਿਸਟ ਐਵਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਆਪਾਂ ਕਬੱਡੀ ਦੇ ਉਸ ਪਲੇਅਰ ਬਾਰੇ ਗੱਲਬਾਤ ਕਰਾਂਗੇ ਜਿਸਨੇ ਕਬੱਡੀ ਦਾ ਨਾਮ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੱਕ ਰੋਸ਼ਨ ਕੀਤਾ। ਜੀ ਹਾਂ ਦੋਸਤੋ, ਮੇਰੀ ਮੁਰਾਦ ਹੈ ਹਰਜੀਤ ਬਰਾੜ ਬਾਜਾ ਖਾਨਾ। ਕੋਈ ਪੰਜਾਬੀ ਹੋਵੇਗਾ ਜਿਸਨੇ ਹਰਜੀਤ ਬਰਾੜ ਦੀ ਖੇਡ ਨੂੰ ਪਿਆਰ ਨਾ ਕੀਤਾ ਹੋਵੇ, ਜਿਸਨੇ ਵੀ ਉਸਦੀ ਕਬੱਡੀ ਦੇਖੀ ਉਹੀ ਹਰਜੀਤ ਬਰਾੜ ਦਾ ਮਰੀਦ ਹੋ ਕੇ ਰਹਿ ਗਿਆ। ਬੇਸ਼ੱਕ ਹਰਜੀਤ ਬਰਾੜ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲਾ ਗਿਆ, ਪਰ ਉਸਦੀ ਖੇਡ ਤੇ ਉਸਦਾ ਸੁਭਾਅ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਹੈ। ਹਰਜੀਤ ਬਰਾੜ ਦਾ ਜਨਮ 5 ਸਤੰਬਰ 1971 ਨੂੰ ਪਿੰਡ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਵਿੱਚ ਸਰਦਾਰ ਬਖਸ਼ੀ ਸਿੰਘ ਦੇ ਘਰ ਮਾਤਾ ਸਰਜੀਤ ਕੌਰ ਦੀ ਕੁੱਖੋਂ ਹੋਇਆ। ਕਬੱਡੀ ਵਿੱਚ ਆਪਣਾ ਨਾਮ ਬਣਾਉਣ ਵਾਲਾ ਹਰਜੀਤ ਬਰਾੜ ਬਾਜਾਖਾਨਾ ਕਬੱਡੀ ਦਾ ਉਹ ਖਿਡਾਰੀ ਸੀ ਜਿਸਦਾ ਪੂਰੀ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਵਿੱਚ ਆਮ ਹੀ ਚਰਚਾ ਹੁੰਦੀ ਰਹਿੰਦੀ ਸੀ। ਜਿੱਥੇ ਕਿਤੇ ਵੀ ਕਬੱਡੀ ਦਾ ਟੂਰਨਾਮੈਂਟ ਹੁੰਦਾ ਸੀ, ਬੱਚੇ, ਬੁੱਢੇ, ਜਵਾਨ ਹਰਜੀਤ ਦੇ ਸ਼ਕਤੀਸ਼ਾਲੀ ਸਰੀਰ ਦੇ ਕ੍ਰਿਸ਼ਮੇ ਨੂੰ ਦੇਖਣ ਲਈ ਪਹੁੰਚ ਜਾਂਦੇ ਸਨ। ਮਿੱਠੇ ਸੁਭਾਅ ਵਾਲਾ ਹਰਜੀਤ ਨਾ ਸਿਰਫ ਆਪਣੇ ਯਾਰਾਂ ਦੋਸਤਾਂ ਦੀ ਟੋਲੀ ਵਿੱਚ ਸਭ ਦਾ ਹਰਮਨ ਪਿਆਰਾ ਸੀ, ਸਗੋਂ ਜਿਸ ਨੂੰ ਵੀ ਮਿਲਦਾ ਸੀ ਉਸਨੂੰ ਆਪਣਾ ਬਣਾ ਲੈਂਦਾ ਸੀ। ਪਿੰਡ ਬਾਜਾਖਾਨਾ ਦੇ ਸਕੂਲ ਵਿੱਚ ਪੜ੍ਹਦਿਆਂ ਉਸਨੇ ਪੰਜਾਬ ਸਟਾਈਲ ਕਬੱਡੀ ਦੇ ਨਾਲ ਨਾਲ ਨੈਸ਼ਨਲ ਸਟਾਈਲ ਕਬੱਡੀ ਵੀ ਖੇਡਣੀ ਸ਼ੁਰੂ ਕੀਤੀ। ਆਪਣੇ ਸਕੂਲ ਦੀ ਟੀਮ ਨੂੰ ਜ਼ਿਲ੍ਹੇ ਤੱਕ ਜਿੱਤਣ ਲਈ ਲੈ ਗਿਆ। ਪਹਿਲੇ ਸਾਲ ਹੀ ਤਲਵਾੜੇ ਵਿਖੇ ਪੰਜਾਬ ਸਕੂਲ ਮਿੰਨੀ ਖੇਡਾਂ ਵਿੱਚ ਭਾਗ ਲੈਣ ਲਈ ਪਹੁੰਚਿਆ। ਉੱਥੇ ਹੀ ਪੰਜਾਬ ਦੀ ਟੀਮ ਲਈ ਚੁਣਿਆ ਗਿਆ। ਜਿੱਥੇ ਕਿਤੇ ਵੀ ਮੈਚ ਹੁੰਦਾ ਹਰਜੀਤ ਬਰਾੜ ਬਾਜਾਖਾਨਾ, ਉੱਥੇ ਹੀ ਪੰਜਾਬ ਦੀ ਝੋਲੀ ਵਿੱਚ ਮੈਡਲ ਪਵਾ ਕੇ ਮੁੜਦਾ। ਕਹਿੰਦੇ ਨੇ 18 ਸਾਲ ਦੀ ਉਮਰ ਤੱਕ ਪਹੁੰਚਦਿਆਂ ਹਰਜੀਤ ਬਰਾੜ ਦੀ ਖੁਰਾਕ 3-4 ਬੰਦਿਆਂ ਜਿੰਨੀ ਹੋ ਗਈ ਸੀ। ਜਦੋਂ ਤੱਕ ਉਹ ਇੱਕ ਦਿਨ ਦਾ 6-7 ਕਿਲੋ ਦੁੱਧ ਨਹੀਂ ਸੀ ਪੀ ਲੈਂਦਾ, ਉਦੋਂ ਤੱਕ ਉਸਨੂੰ ਚੈਨ ਨਹੀਂ ਸੀ ਆਉਂਦੀ। ਫਲ ਫਰੂਟ, ਦਹੀਂ ਮੱਖਣ ਤਾਂ ਹਮੇਸ਼ਾ ਉਸਦੇ ਹੱਥ ਵਿੱਚ ਹੀ ਰਹਿੰਦੇ ਸਨ। ਵੱਡੇ ਵੱਡੇ ਕਬੱਡੀ ਟੂਰਨਾਮੈਂਟਾਂ ਵਿੱਚ ਹਰਜੀਤ ਬਰਾੜ ਆਪਣੇ ਸਾਥੀਆਂ ਸਮੇਤ ਪਹੁੰਚ ਜਾਂਦਾ ਅਤੇ ਉਸਨੇ ਮਾਲਵੇ ਦੇ ਕਈ ਵੱਡੇ ਟੂਰਨਾਮੈਂਟਾਂ ਵਿੱਚ ਜਿਵੇਂ ਕਿ ਕੋਠਾ ਗੁਰੂ, ਢੀਮਾ ਵਾਲੀ ਅਤੇ ਕਈ ਹੋਰ ਪਿੰਡਾਂ ਵਿੱਚ ਇਨਾਮ ਜਿੱਤ ਕੇ ਆਪਣੇ ਅਤੇ ਆਪਣੀ ਟੀਮ ਦੇ ਨਾਮ ਕੀਤੇ। ਹਰਜੀਤ ਬਰਾੜ ਬਾਜਾਖਾਨਾ ਨੇ ਪੰਜਾਬ ਦੀ ਧਰਤੀ 'ਤੇ ਹੀ ਨਹੀਂ ਸਗੋਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਖੇਡ ਕਬੱਡੀ ਦਾ ਨਾਮ ਰੋਸ਼ਨ ਕੀਤਾ। ਹਰਜੀਤ ਨੇ ਆਪਣੀ ਕਬੱਡੀ ਨਾਲ ਕੈਨੇਡਾ ਦੇ ਲੋਕਾਂ ਦਾ ਵੀ ਦਿਲ ਜਿੱਤ ਲਿਆ। ਹਰਜੀਤ ਨੇ ਇੰਗਲੈਂਡ, ਕੈਨੇਡਾ, ਅਮਰੀਕਾ, ਪਾਕਿਸਤਾਨ ਨਾਲ ਵੀ ਮੈਚ ਖੇਡੇ। ਹਰਜੀਤ ਸਿੰਘ ਨੇ 1996 ਵਿੱਚ ਪਾਕਿਸਤਾਨ ਦੇ ਵਿਰੁੱਧ ਕੈਨੇਡਾ ਵਿੱਚ ਖੇਡੇ ਮੈਚ ਵਿੱਚ 1-1 ਰੇਟ ਤੋਂ 1-1 ਲੱਖ ਰੁਪਏ ਦਾ ਇਨਾਮ ਜਿੱਤਿਆ, ਜੋ ਕਿ ਕਬੱਡੀ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ। ਜਦੋਂ ਮਹਿਤ ਸਿੰਘ ਭੁੱਲਰ, ਮੌਜੂਦਾ DJP ਨੂੰ ਹਰਜੀਤ ਬਰਾੜ ਦੀ ਸ਼ਕਤੀਸ਼ਾਲੀ ਖੇਡ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਹਰਜੀਤ ਸਿੰਘ ਨੂੰ ਜਲੰਧਰ ਵਿੱਚ ਡਾਇਰੈਕਟ ASI ਦੀ ਪੋਸਟ 'ਤੇ ਨਵਾਜਿਆ। ਉਸ ਤੋਂ ਬਾਅਦ ਇਹਨਾਂ ਦੀ ਪ੍ਰਮੋਸ਼ਨ ਹੋਈ ਅਤੇ ਇਹ ਸਬ ਇੰਸਪੈਕਟਰ ਬਣ ਗਏ। ਪੰਜਾਬ ਪੁਲਿਸ ਵਿੱਚ ਨੌਕਰੀ ਕਰਦਿਆਂ ਹਰਜੀਤ ਨੇ ਪੰਜਾਬ ਪੁਲਿਸ ਦੀ ਝੋਲੀ ਵਿੱਚ ਵੀ ਬਹੁਤ ਸਾਰੇ ਮੈਡਲ ਪਾਏ। 16 ਅਪ੍ਰੈਲ 1998 ਨੂੰ ਹੱਸਦਾ, ਖੇਡਦਾ, ਨੱਚਦਾ, ਟੱਪਦਾ ਹਰਜੀਤ ਬਰਾੜ ਬਾਜਾਖਾਨਾ ਆਪਣੇ ਦੋਸਤ ਤਲਵਾਰ ਕੌਂਕੇ, ਕੇਵਲ ਸਿੰਘਾ, ਕੇਵਲ ਲੋਪੋ ਨਾਲ ਜਿਪਸੀ ਵਿੱਚ ਸਵਾਰ ਹੋ ਕੇ ਦਿੱਲੀ ਜਾ ਰਿਹਾ ਸੀ। ਮੋਰਿੰਡੇ ਨੇੜੇ ਟਰੱਕ ਦਾ ਐਕਸੀਡੈਂਟ ਹੋਣ ਕਰਕੇ ਹਰਜੀਤ ਬਰਾੜ ਦੀ ਮੌਕੇ 'ਤੇ ਮੌਤ ਹੋ ਗਈ। ਜਿੱਥੇ ਇਹ ਮੰਦਭਾਗੀ ਖਬਰ ਸੁਣ ਕੇ ਬਾਜਾਖਾਨਾ ਪਿੰਡ ਰੋ ਰਿਹਾ ਸੀ, ਉੱਥੇ ਹੀ ਹਰ ਜਗ੍ਹਾ 'ਤੇ ਰਹਿ ਰਹੇ ਕਬੱਡੀ ਪ੍ਰੇਮੀ ਵੀ ਰੋ ਰਹੇ ਸੀ। ਉਸ ਵਿਛੜੇ ਹੋਏ ਕਬੱਡੀ ਦੇ ਮਹਾਨ ਖਿਡਾਰੀ ਨੂੰ ਸਾਡਾ ਚੈਨਲ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਅੱਜ ਲਈ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੁਛ ਨਵਾਂ ਲੈ ਕੇ। ਜਿਨ੍ਹਾਂ ਨੇ ਸਾਡਾ ਚੈਨਲ ਟੌਪ 10 ਬੈਸਟ ਲਿਸਟ ਐਵਰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਇੱਥੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓਸ ਲੈ ਕੇ ਆਉਂਦਾ ਹੀ ਰਹਿੰਦਾ।